ਅਸਲਾਮ ਵਾਲੇਕੁਮ, ਤੁਹਾਡੇ ਤੇ ਯੂਟਿਊਬ ਚੈਨਲ ਲਈਆ ਦਾ ਗਰੀਬ ਤੇ ਮੈਂ ਤੁਹਾਡਾ ਦੋਸਤ ਹਾਜੀ ਮੁਹੰਮਦ। ਅੱਜ 6 ਤਰੀਕ ਹੈ, 5ਵਾਂ ਮਹੀਨਾ 2024, 5:53 ਹੋ ਗਏ। ਮੈਂ ਇਹ ਰਿਆਜ਼ ਹੰਜਰਾ ਦੇ ਫਾਰਮ 'ਤੇ ਆਇਆ ਖਾਣਾ। ਇਹ ਕੋਈ ਬੱਕਰੀਆਂ ਰੈਸਟ ਮਾਰੇ ਨਹੀਂ ਪੀਣ, ਠੀਕ ਹੈ। ਕੁਝ ਮੈਂ ਬੱਕਰੀਆਂ ਬਾਹਰ ਕਢਾਈਆਂ ਅਤੇ ਮੇਰਾ ਦਿਦ ਹੈ ਇਹਨਾਂ ਨਾਲ ਸੌਦਾ ਆਉਂਦਾ ਜਾਂ ਨਹੀਂ ਆਉਂਦਾ, ਠੀਕ ਹੈ। ਇਹ ਦੇਖੋ ਮਾਸ਼ਾਅੱਲਾ, ਉਹ ਇਹ ਰੇਤਾ ਪਤਾ ਕਿਉਂ ਪਾਤਾ ਹੈ? ਇਹ ਮੇਰੀ ਇੱਕ ਗੱਲ ਗੌਰ ਨਾਲ ਸੁਣ ਗਿਨੋ ਸਾਰੇ ਵੀਰਾ ਦੋਸਤ, ਕੋਈ ਮੇਰੀ ਗੱਲ ਦੇ ਉੱਤੇ ਨਾਰਾਜ਼ ਨਹੀਂ ਥੀਵਣਾ, ਕਿਉਂਕਿ ਮੇਰੀ ਠੂਟੀ ਪੂਟੀ ਗੱਲ ਹੁੰਦੀ ਹੈ, ਕਿਸੇ ਬੰਦੇ ਮਹਿਸੂਸ ਨਹੀਂ ਕਰਨਾ। ਇਹ ਰੇਤਾ ਪਤਾ ਕਿਉਂ ਸੱਟਾ ਹੈ? ਇੱਥੇ ਰੈਸਟ ਮਰੇ ਨਹੀਂ, ਇਹ ਦੁੱਧ ਬਣਾਉਣ ਦਾ ਇੱਕ ਇਹਨਾਂ ਕੋਲੋਂ ਇਹ ਫਾਰਮੂਲਾ ਹੈ, ਠੀਕ ਹੈ। ਜਿਤਨਾ ਬੱਕਰੀ ਰੈਸਟ ਮਰੇ ਸੀ ਉਤਨਾ ਦੁੱਧ ਜ਼ਿਆਦਾ ਬਣੇ ਸੀ। ਜਿਹੜੇ ਬੰਦੇ ਦੇ ਦੇਵੇ ਜਾਨਵਰ ਰੱਖੀ ਪੈਣ ਸੋਲੀਆਂ ਦੇ ਉੱਤੇ ਫਰਸ਼ ਆਉਂਦੇ, ਉਹ ਹਿਸਾਬ ਕਿਤਾਬ ਕੋਲ ਨਹੀਂ। ਇਹਦੇ ਬਰੀਡਰ ਛੁੱਟਾ ਵਧੇ, ਇਹ 1.5 ਮਹੀਨਾ ਬਰੀਡਰ ਵਿੱਚ ਰੱਖਸਨ, ਇਹ ਮੌਸਮ ਕੋਲ 1.5 ਮਹੀਨੇ ਬਾਅਦ ਇਹ ਕੱਢ ਗਿਣ ਸਨ। ਇਹਨਾਂ ਦੇ ਵਿੱਚ ਜਿਹੜੀਆਂ ਬੱਕਰੀਆਂ ਕਰਾਸ ਹੋਵੇ ਸਨ ਕਰਾਸ ਹੋਵੇ ਸਨ, ਜਿਹੜੀਆਂ ਨਾ ਹੋ ਸਨ ਨਾ ਹੋ ਸਨ। 1.5 ਮਹੀਨੇ ਤੋਂ ਇਹ ਉੱਤੇ ਨਹੀਂ ਰੱਖਦੇ, ਇਹ ਸੁੱਕੀ ਲੱਕੜੀ ਰੱਖੀ ਪੈਣ ਡਿੱਠੇ ਇਹ ਬੱਕਰੀਆਂ ਚੁੱਕਦੀਆਂ, ਇਹ ਲੱਕੜੀ ਖਾਂਦੀ ਰਹਿ ਪੈਂਦੀ ਹੈ ਬੱਕਰੀ। ਬੱਕਰੀ ਪਾਲਣਾ ਮੁਸ਼ਕਿਲ ਨਹੀਂ, ਠੀਕ ਹੈ, ਸਿਰਫ ਇਹਦੀ ਸੰਭਾਲ ਕਰਨਾ ਮੁਸ਼ਕਿਲ ਹੈ। ਕਿਉਂ? ਜਿਹੜੀ ਸ਼ਾਇਦ ਇਹ ਪਸੰਦ ਕਰੇਂਦੀ ਹੈ ਸ਼ਾਇਦ ਤੁਹਾ ਕੋ ਪਸੰਦ ਨਾ ਆਉਂਦੀ ਹੋ ਸੀ। ਇਹ ਦੇਖੋ ਜੀ ਮਾਸ਼ਾਅੱਲਾ ਦੁੰਬਾ, ਹਾਂ ਇਹ ਕਿਸੇ ਹੋਰ ਦਾ ਦੁੰਬਾ ਹੈ, ਲੇਕਿਨ ਰਿਆਜ਼ ਹੋਣੀ ਸਫਾਈ ਕੀਤੀ ਪਰ, ਠੀਕ ਹੈ। ਬੱਕਰੀ ਨੂੰ ਰੈਸਟ ਫੁੱਲ ਮਿਲੇ, ਪਿਆਰ ਮਿਲੇ ਉਹਨੂੰ, ਠੀਕ ਹੈ, ਸੁੱਕੇ ਨਾਲ ਮਿਲੇ, ਸਾਵਾ ਨਾ ਹੋਵੇ ਯਕਦਮ। ਇਹ ਮੈਂ ਬੱਕਰੀਆਂ ਕਢਾਈਆਂ ਨੇ, ਠੀਕ ਹੈ। ਦੇਖਦੇ ਕਿ ਰਿਆਜ਼ ਹੋਣ ਨਾਲ ਸਾਡਾ ਸੌਦਾ ਹੁੰਦਾ ਜਾਂ ਨਹੀਂ ਹੁੰਦਾ। ਕੀ ਹਾਲ ਹੈ ਰਿਆਜ਼ ਸਾਹਿਬ, ਠੀਕ ਹੋ? ਇਹ ਦੇਖੋ ਜੀ, ਇਹ ਸਿਰਫ ਸ਼ਾਇਦ ਦੂਜਾ ਵਾਰ ਹੈ, ਬਾਕੀ ਇਹ ਇਹ ਪਹਿਲਾ ਵਾਰ ਹੈ ਪੱਠ, ਠੀਕ ਹੈ। ਇਹ ਸੂਈ ਖੜੀ ਹੈ ਤਲੇ, ਇਹ ਬੱਚਾ ਹੈ, ਕੂੜ ਕਿਸੇ ਨਾਲ ਨਹੀਂ ਕਰਨਾ, ਠੀਕ ਹੈ। ਇਹ ਬੱਚਾ, ਇਹ ਵੀ ਮਾਸ਼ਾਅੱਲਾ ਤਿਆਰ ਥੀਂਦੀ ਪਈ ਪੱਠ, ਇਹ ਵੀ ਤਿਆਰ ਹੈ। ਇਹ ਛੋਟਾ ਬਰੀਡਰ ਹੈ, ਇਹ ਵੀ ਬਰੀਡਰ ਹੈ ਸਫੈਦ। ਇਹ ਮੈਂ ਇਵੇਂ ਸਮਝ 5 ਬੱਕਰੀਆਂ 2 ਬਰੀਡਰ ਸਾਈਡ ਕਢਾਉਣ, ਦੇਖੋ ਇਹਨਾਂ ਨਾਲ ਸੌਦਾ ਥੀਂਦਾ ਜਾਂ ਨਹੀਂ ਥੀਂਦਾ, ਠੀਕ ਹੈ ਜੀ। ਇਹ ਜੀ ਅੱਲਾ ਖੈਰ ਕਰੇ, ਅਸੀਂ ਪੈ ਜਾਂਦੇ, ਸਾਡਾ ਸੌਦਾ ਨਹੀਂ ਹੋਇਆ, ਠੀਕ ਹੈ ਜੀ। ਅਤੇ ਰੈਡ ਜ਼ਰਾ ਹੈਵੀ ਹੈ, ਇਹ ਬਰੀਡਰੀ ਇਹਨਾਂ ਦਾ ਕਰਾਸਿੰਗ ਵਾਸਤੇ ਛੁੱਟਾ ਹੋਏ, ਠੀਕ ਹੈ ਵੀ ਆ ਬਰੀਡਰ ਉਹ ਬਾਹਰ ਹੈ ਪੀਲੇ ਕਲਰ ਵਾਲਾ। ਉਹ ਬੈਠਾ ਹੈ, ਇਹ ਬੈਠਾ, ਠੀਕ ਹੈ ਜੀ। ਮਿਲਦੇ ਹਾਂ ਅਗਲੀ ਵੀਡੀਓ 'ਚ, ਪਾਕਿਸਤਾਨ ਜ਼ਿੰਦਾਬਾਦ।